ਸਤਿ ਸ਼੍ਰੀ ਅਕਾਲ ਜੀ, ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੁਸੀਂ ਅਤੇ ਮੈਂ ਹਾਂ ਸਰਵਣ। ਇਸ ਵਕਤ ਸਥਾਨਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਹਮਣੇ ਮੌਜੂਦ ਹਾਂ। ਪਹਿਲਾਂ ਤਸਵੀਰਾਂ ਤੁਹਾਡੇ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਸਾਹਮਣੇ ਸਾਂਝੀਆਂ ਕਰ ਦਿੰਦੇ ਹਾਂ। ਔਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਹਮਣੇ ਜਿਹੜੀ ਆ ਇੱਕ ਮਾਰਕੀਟ ਬਣੀ ਹੋਈ ਆ, ਜਿਸ ਦੇ ਵਿੱਚ ਕਈ ਰੈਸਟੋਰੈਂਟ ਅਤੇ ਕਈ ਦੁਕਾਨਾਂ ਨੇ, ਜਿਸ ਨੂੰ ਜਿੱਥੇ ਆਹ ਜਗ੍ਹਾ ਦੇ ਜਿੱਥੇ ਲੜਕੇ ਤੁਹਾਨੂੰ ਹੁਣ ਸਪਰੇਅ ਕਰਦੇ ਹੋਏ ਜਿਹੜੇ ਆ ਉਹ ਨਜ਼ਰ ਆ ਰਹੇ ਨੇ। ਇਸ ਜਗ੍ਹਾ ਦੇ ਉੱਪਰ ਪਹਿਲਾਂ ਜਿਹੜੀ ਰੇਹੜੀਆਂ ਕਰਦੀਆਂ ਸਨ, ਜੀ ਹਾਂ, ਪਹਿਲਾਂ ਇੱਥੇ ਪਿੰਦੀਆਂ ਅੰਡੇ ਮੀਟ ਸ਼ਰਾਬ ਦੀਆਂ ਜਿਹੜੀਆਂ ਰੇਹੜੀਆਂ ਲੱਗੀਆਂ ਕਰਦੀਆਂ ਸੀ, ਜਿਨ੍ਹਾਂ ਦੇ ਉੱਪਰ ਜਿਹੜੀ ਆ ਅੰਡੇ ਮੀਟ ਜਿਹੜੀਆਂ ਸ਼ਰਾਬ ਦੀਆਂ ਰੇਹੜੀਆਂ ਸੀ, ਕੁਝ ਉਹਨਾਂ ਦੇ ਉੱਪਰ ਸ਼ਰਾਬ ਜਿਹੜੀ ਪਰੋਸੀ ਜਾਂਦੀ ਸੀ, ਜਿਸ ਨੂੰ ਲੈ ਕੇ ਮਾਰਕੀਟ ਵਾਲੇ ਜਿਹੜੇ ਆ ਕਾਫੀ ਪਰੇਸ਼ਾਨ ਆ, ਕਿਉਂਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਟੂਡੈਂਟ ਜਿਹੜੇ ਨੇ ਉਹ ਸ਼ਾਮ ਨੂੰ ਇੱਥੋਂ ਆਪਣੀ ਖਰੀਦਦਾਰੀ ਕਰਨ ਜਿਹੜੇ ਆਏ ਕਰਦੇ ਸੀ, ਜਿਸ ਕਾਰਨ ਲੜਕੀਆਂ ਨੂੰ ਜਿਹੜੀ ਖਾਸੀ ਦਿੱਕਤ ਆਉਂਦੀ ਸੀ। ਉਸ ਤੋਂ ਬਾਅਦ ਹੁਣ ਜਿਹੜਾ ਇੱਕ ਵੱਡਾ ਉਪਰਾਲਾ ਜਿਹੜਾ ਇੱਥੋਂ ਮਾਰਕੀਟ ਦੇ ਨੌਜਵਾਨਾਂ ਵੱਲੋਂ ਕੀਤਾ ਗਿਆ, ਜਿਸ ਦੇ ਵਿੱਚ ਰੇਹੜੀਆਂ ਨੂੰ ਇੱਥੋਂ ਹਟਾ ਦਿੱਤਾ ਗਿਆ। ਇਹਨਾਂ ਦੀ ਕੋਸ਼ਿਸ਼ ਦੇ ਸਦਕਾ ਜਿਹੜੀਆਂ ਰੇਹੜੀਆਂ ਨੇ ਇੱਥੋਂ ਹਟਾ ਦਿੱਤੀਆਂ ਗਈਆਂ ਨੇ, ਔਰ ਇਹਨਾਂ ਰੇਹੜੀਆਂ ਦੀ ਜਗ੍ਹਾ ਜਿੱਥੇ ਖਲੋਂਦੀਆਂ ਸੀ ਉੱਥੇ ਪਹਿਲਾਂ ਇਹਨਾਂ ਨੌਜਵਾਨਾਂ ਵੱਲੋਂ ਖੂਬਸੂਰਤ ਅਤੇ ਸ਼ਾਨਦਾਰ ਰੁੱਖ ਲਗਾਏ ਗਏ, ਅਤੇ ਹੁਣ ਜਿਹੜੀ ਆ ਸਪਰੇਅ ਇਹਨਾਂ ਨੌਜਵਾਨਾਂ ਵੱਲੋਂ ਕੀਤੀ ਜਾ ਰਹੀ ਹੈ। ਅਕਸਰ ਹੀ ਜਿਹੜਾ ਇੱਥੇ ਕਾਫੀ ਖਲਾਰਾ ਜਿਹੜਾ ਉਹ ਪਿਆ ਰਹਿੰਦਾ ਸੀ, ਜਿਸ ਤੋਂ ਬਾਅਦ ਵੀਡੀਓ ਵੀ ਕਈ ਵਾਇਰਲ ਹੋਈਆਂ ਸੀ, ਜਿਸ ਦੇ ਵਿੱਚ ਜਿਹੜੇ ਰੇਹੜੀਆਂ ਵਾਲੇ ਸੀ ਇੱਥੇ ਜਿਹੜੇ ਪ੍ਰਵਾਸੀ ਰੇਹੜੀਆਂ ਲਗਾਉਂਦੇ ਸੀ ਉਹਨਾਂ ਵੱਲੋਂ ਉਹ ਜਿਹੜੀ ਆ ਘਟੀਆ ਸਮੱਗਰੀ ਜਿਹੜੀ ਆ ਪਰੋਸੀ ਜਾਂਦੀ ਸੀ, ਅਤੇ ਨਾ ਹੀ ਕੋਈ ਸਾਫ਼ ਸਫਾਈ ਦਾ ਧਿਆਨ ਰੱਖਿਆ ਜਾਂਦਾ ਸੀ। ਸਗੋਂ ਰੇਹੜੀਆਂ ਧੋਣ ਵਾਸਤੇ ਜਦੋਂ ਇੱਥੇ ਬਰਸਾਤ ਹੁੰਦੀ ਸੀ ਤਾਂ ਰੇਹੜੀਆਂ ਧੋਣ ਵਾਸਤੇ ਬਰਸਾਤ ਦੇ ਪਾਣੀ ਦਾ ਇਸਤੇਮਾਲ ਕੀਤਾ ਜਾਂਦਾ ਸੀ, ਉਹ ਵੀ ਵੀਡੀਓ ਜਿਹੜੀਆਂ ਵਾਇਰਲ ਹੋਈਆਂ ਸੀ। ਇਸ ਤੋਂ ਇਲਾਵਾ ਜਿਹੜੀਆਂ ਇੱਥੇ ਕਿਸ ਤਰ੍ਹਾਂ ਦੇ ਨਾਲ ਜਿਹੜਾ ਫਰੂਟ ਜੂਸ ਵੇਖਿਆ ਜਾਂਦਾ ਵੇਚਿਆ ਜਾਂਦਾ ਸੀ, ਜਾਂ ਫਿਰ ਮੈਂਗੋ ਜੂਸ ਜਾਂ ਬਨਾਨਾ ਸ਼ੇਕ ਜਿਹੜਾ ਵੇਚਿਆ ਜਾਂਦਾ ਸੀ, ਕਿਸ ਕਦਰ ਉੱਥੇ ਘਟੀਆ ਫਲਾਂ ਦੀ ਵਰਤੋਂ ਜਿਹੜੀ ਕੀਤੀ ਜਾਂਦੀ ਸੀ, ਉਹ ਵੀ ਤਸਵੀਰ ਜਿਹੜੀ ਆ ਉਹ ਸਾਹਮਣੇ ਆਈ ਸੀ। ਉਹ ਵੀ ਤਸਵੀਰ ਜਿਹੜੀ ਆ ਤੁਸੀਂ ਆਪਣੀ ਸਕਰੀਨ 'ਤੇ ਜਿਹੜੀ ਆ ਦੇਖੋਗੇ ਕਿ ਕਿਸ ਤਰ੍ਹਾਂ ਦੇ ਨਾਲ ਘਟੀਆ ਫਰੂਟ ਜਿਹੜੇ ਆ ਉਹ ਇਹਨਾਂ ਫਰੂਟ ਚਾਟ ਤਿਆਰ ਕਰਨ ਵਾਸਤੇ ਜਾਂ ਫਰੂਟ ਜੂਸ ਤਿਆਰ ਕਰਨ ਵਾਸਤੇ ਜਾਂ ਫਿਰ ਜਿਹੜਾ ਮੈਂਗੋ ਸ਼ੇਕ ਬਨਾਨਾ ਸ਼ੇਕ ਤਿਆਰ ਕਰਨ ਵਾਸਤੇ ਜਿਹੜਾ ਉਹ ਪਰੋਸਿਆ ਜਾਂਦਾ ਸੀ। ਫਿਲਹਾਲ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਪਹਿਲਾਂ ਇਹਨਾਂ ਰੇਹੜੀਆਂ ਲੱਗਣ ਦੀ ਥਾਂ 'ਤੇ ਜਿਹੜੇ ਰੁੱਖ ਲਗਾਏ ਗਏ ਸੀ, ਖੂਬਸੂਰਤ ਸ਼ਾਨਦਾਰ ਰੁੱਖ ਲਗਾਏ ਗਏ ਨੇ, ਜਿਨ੍ਹਾਂ ਦੇ ਵਿੱਚ ਪਿਲਕਣ ਅਤੇ ਹੋਰ ਕਈ ਰੁੱਖ ਸ਼ਾਮਿਲ ਨੇ। ਔਰ ਹੁਣ ਜਿਹੜੀ ਹੈ ਇੱਥੇ ਸਾਫ਼ ਸਫਾਈ ਵਾਸਤੇ ਤਾਂ ਜੋ ਇੱਥੇ ਮੱਖੀ ਮੱਛਰ ਜਿਹੜਾ ਉਹ ਨਾ ਹੋਵੇ, ਸਪਰੇਅ ਜਿਹੜੀ ਆ ਕੀਤੀ ਜਾ ਰਹੀ ਆ। ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਕਿ ਖੁਦ ਨੌਜਵਾਨ ਜਿਹੜੇ ਆਪ ਨੇ ਉਹ ਇੱਥੇ ਸਪਰੇਅ ਕਰਦੇ ਹੋਏ ਨਜ਼ਰ ਆ ਰਹੇ ਨੇ। ਤਸਵੀਰ ਜਿਹੜੀ ਆ ਤੁਹਾਡੀ ਸਕਰੀਨ ਦੇ ਉੱਪਰ ਆ ਕਿ ਕਿਸ ਤਰ੍ਹਾਂ ਦੇ ਨਾਲ ਕੋਈ ਇੱਥੇ ਗੰਦਗੀ ਜਿਹੜੀ ਆ ਹੁਣ ਤਾਂ ਹੁਣ ਨਜ਼ਰ ਨਹੀਂ ਆ ਰਹੀ, ਜਿੱਥੇ ਜਿਹੜੀ ਇੱਥੇ ਅਕਸਰ ਹੀ ਗੰਦਗੀ ਜਿਹੜੀ ਆ ਵੱਡੀ ਮਾਤਰਾ ਦੇ ਵਿੱਚ ਨਜ਼ਰ ਆਇਆ ਕਰਦੀ ਸੀ। ਨੌਜਵਾਨਾਂ ਵੱਲੋਂ ਵੱਡਾ ਉਪਰਾਲਾ ਜਿਹੜਾ ਕੀਤਾ ਗਿਆ, ਔਰ ਕਿਤੇ ਨਾ ਕਿਤੇ ਜੇ ਇਹ ਉਪਰਾਲੇ ਹਰ ਜਗ੍ਹਾ ਹੋ ਜਾਣ ਤਾਂ ਫਿਰ ਸਫਾਈ ਜਿਹੜੀ ਆ ਉਹ ਹਰ ਜਗ੍ਹਾ ਹੋ ਜਾਵੇ, ਤਾਂ ਜਿਹੜੀਆਂ ਬਿਮਾਰੀਆਂ ਇਸ ਗੰਦਗੀ ਕਾਰਨ ਫੈਲਦੀਆਂ ਨੇ ਉਹ ਬਿਮਾਰੀਆਂ ਜਿਹੜੀਆਂ ਉਹ ਨਹੀਂ ਫੈਲਣਗੀਆਂ। ਤਸਵੀਰਾਂ ਜਿਹੜੀਆਂ ਤੁਹਾਡੀ ਸਕਰੀਨ 'ਤੇ ਨੇ, ਵੱਡਾ ਉਪਰਾਲਾ ਨੌਜਵਾਨਾਂ ਵੱਲੋਂ ਕੀਤਾ ਗਿਆ ਟਰੈਕਟਰ ਦੀ ਮਦਦ ਦੇ ਨਾਲ, ਪੂਰੇ ਬਾਜ਼ਾਰ ਦੇ ਵਿੱਚ ਜਿਹੜੀਆਂ ਇਸ ਵਕਤ ਸਪਰੇਅ ਜਿਹੜੀ ਆ ਉਹ ਕੀਤੀ ਜਾ ਰਹੀ। ਦੂਸਰੇ ਪਾਸੇ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਮਾਰਕੀਟ ਜਿਹੜੀ ਆ ਬਣੀ ਹੋਈ ਆ, ਇਸ ਮਾਰਕੀਟ ਦੇ ਵਿੱਚ ਕਈ ਰੈਸਟੋਰੈਂਟ ਅਤੇ ਕਈ ਛੋਟੇ ਜਿਹੜੇ ਨੇ ਉਹ ਖਾਣ ਪੀਣ ਦੀਆਂ ਦੁਕਾਨਾਂ ਨੇ। ਇਹਨਾਂ ਰੇਹੜੀਆਂ ਲੱਗਣ ਦੇ ਚੱਲਦਿਆਂ ਇਹਨਾਂ ਦੁਕਾਨਦਾਰਾਂ ਦਾ ਕਾਰੋਬਾਰ ਜਿਹੜਾ ਉਹ ਪੂਰੀ ਤਰ੍ਹਾਂ ਦੇ ਨਾਲ ਠੱਪ ਹੋ ਗਿਆ ਸੀ, ਅਤੇ ਤਕਰੀਬਨ ਇਹ ਦੁਕਾਨਦਾਰ ਜਿਹੜੇ ਆ ਰੈਸਟੋਰੈਂਟ ਵਾਲੇ ਜਿਹੜੇ ਆ ਵਿਹਲੇ ਬੈਠ ਕੇ ਇੱਥੋਂ ਚਲੇ ਜਾਇਆ ਕਰਦੇ ਸਨ। ਪਰ ਹੁਣ ਜਿਹੜਾ ਜਦ ਤੋਂ ਨਗਰ ਨਿਗਮ ਨੇ ਇਹਨਾਂ ਰੇਹੜੀਆਂ ਦੇ ਖਿਲਾਫ਼ ਕਾਰਵਾਈ ਕੀਤੀ ਆ, ਤਾਂ ਕਿਤੇ ਨਾ ਕਿਤੇ ਇਹਨਾਂ ਦੁਕਾਨਦਾਰਾਂ ਨੇ ਵੀ ਸੁੱਖ ਦਾ ਸਾਹ ਲਿਆ, ਔਰ ਇਹਨਾਂ ਦੀ ਵੀ ਕਮਾਈ ਜਿਹੜੀ ਆ ਵਧੀਆ। ਅਸੀਂ ਇਹ ਨਹੀਂ ਕਹਿੰਦੇ ਕਿ ਰੇਹੜੀਆਂ ਹਟਾ ਦੇਣੀਆਂ ਚਾਹੀਦੀਆਂ ਨੇ, ਪਰ ਰੇਹੜੀਆਂ ਜਿਹੜੀਆਂ ਉਹ ਹਰ ਜਗ੍ਹਾ ਉਹ ਜਿਵੇਂ ਹਰ ਇੱਕ ਸ਼ਹਿਰ ਦੇ ਵਿੱਚ ਵੇਖੀਏ ਤਾਂ ਵੱਖਰੀ ਰੇਹੜੀ ਮਾਰਕੀਟ ਜਿਹੜੀ ਬਣੀ ਹੁੰਦੀ, ਉਸੇ ਤਰ੍ਹਾਂ ਰੇਹੜੀਆਂ ਨੂੰ ਵੀ ਜਿਹੜੀ ਵੱਖਰੀ ਜਗ੍ਹਾ ਜਿਹੜੀ ਆ ਉਹ ਜ਼ਰੂਰ ਮਿਲਣੀ ਚਾਹੀਦੀ ਆ। ਪਰ ਇਸ ਤਰ੍ਹਾਂ ਇਸ ਮਾਰਕੀਟ ਦੇ ਵਿੱਚ ਰੇਹੜੀਆਂ ਲੱਗਣਾ 100 ਤੋਂ ਲੈ ਕੇ 125 ਰੇਹੜੀ ਲੱਗਦੀ ਸੀ, ਔਰ ਜਿਨ੍ਹਾਂ ਦੀ ਵਸੂਲੀ ਜਿਹੜੀ ਹੈ ਇੱਕ ਰਾਜਨੀਤਿਕ ਲੀਡਰ ਵੱਲੋਂ ਜਿਹੜੀ ਆ ਉਹ ਕੀਤੀ ਜਾਂਦੀ ਸੀ, ਉਸੇ ਦੇ ਸ਼ਹਿਦ ਉੱਤੇ ਹੀ ਇਹ ਰੇਹੜੀਆਂ ਲੱਗੀਆਂ ਕਰਦੀਆਂ ਸਨ, ਔਰ ਨਗਰ ਨਿਗਮ ਨੂੰ ਇਸ ਦਾ ਕੋਈ ਵੀ ਇੱਕ ਰੁਪਈਆ ਤੱਕ ਜਿਹੜਾ ਉਹ ਨਹੀਂ ਸੀ ਜਾਂਦਾ। ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਹੁਣ ਨੌਜਵਾਨਾਂ ਵੱਲੋਂ ਜਿਹੜਾ ਇਹ ਉਪਰਾਲਾ ਕੀਤਾ ਜਾ ਰਿਹਾ, ਚਾਰੇ ਪਾਸੇ ਜਿਹੜੀ ਇਸ ਦੀ ਸ਼ਲਾਘਾ ਕੀਤੀ ਜਾ ਰਹੀ, ਜਿਹੜੇ ਲੋਕ ਇਸ ਮਾਰ ਇੱਥੇ ਮਾਰਕੀਟ ਦੇ ਵਿੱਚ
ਖਰੀਦਦਾਰੀ ਕਰਨ ਆਉਂਦੇ ਆ ਉਹਨਾਂ ਵੱਲੋਂ ਨੌਜਵਾਨਾਂ ਦੇ ਇਸ ਕਾਰਜ ਦੀ ਜਿਹੜੀ ਆ ਉਹ ਸ਼ਲਾਘਾ ਕੀਤੀ ਜਾ ਰਹੀ। ਜਦੋਂ ਸ਼ਾਮ ਨੂੰ ਇੱਥੇ ਰੇਹੜੀਆਂ ਲੱਗਦੀਆਂ ਸਨ ਤਾਂ ਕਈ ਰੇਹੜੀਆਂ ਦੇ ਉੱਪਰ ਆਂਡਾ ਮੀਟ ਆਦਿ ਜਿਹੜੀ ਆ ਉਹ ਪਰੋਸਿਆ ਜਾਂਦਾ ਸੀ ਅਤੇ ਨਾਲ ਹੀ ਗੱਡੀਆਂ ਵਿੱਚ ਬੈਠ ਕੇ ਕਈ ਲੋਕ ਜਿਹੜੇ ਆ ਉਹ ਸ਼ਰਾਬ ਵੀ ਇੱਥੇ ਪੀਆ ਕਰਦੇ ਸਨ। ਜਦ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਕੋਈ ਇੱਥੇ ਸ਼ਾਮ ਨੂੰ ਆਪਣੀ ਖਰੀਦਦਾਰੀ ਕਰਨ ਆਉਂਦੀਆਂ ਸੀ ਤਾਂ ਵੱਡੀ ਦਿੱਕਤ ਆਉਂਦੀ ਸੀ, ਪੁਲਿਸ ਨੂੰ ਆਪਣਾ ਪੱਕਾ ਨਾਕਾ ਜਿਹੜਾ ਇੱਥੇ ਲਗਾਉਣਾ ਪੈ ਗਿਆ ਸੀ। ਪਰ ਹੁਣ ਜਦੋਂ ਦੀਆਂ ਰੇਹੜੀਆਂ ਇੱਥੋਂ ਹਟੀਆਂ ਨੇ ਔਰ ਕਿਤੇ ਨਾ ਕਿਤੇ ਜੇਕਰ ਵੇਖਿਆ ਜਾਵੇ ਤਾਂ ਉਹਨਾਂ ਸਟੂਡੈਂਟਸ ਜਿਹੜੇ ਵਿਦਿਆਰਥੀ ਨੇ ਉਹਨਾਂ ਨੇ ਵੀ ਸੁੱਖ ਦਾ ਸਾਹ ਲਿਆ ਅਤੇ ਹੁਣ ਬੇਝਿਜਕ ਹੋ ਕੇ ਜਿਹੜੀਆਂ ਇੱਥੋਂ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਨੇ ਆ ਕੇ ਖਰੀਦਦਾਰੀ ਕਰਦੀਆਂ ਨੇ ਔਰ ਰੇਹੜੀਆਂ ਲੱਗਣ ਕਾਰਨ ਇੱਥੇ ਗੰਦਗੀ ਜਿਹੜੀ ਉਹ ਕਾਫੀ ਜ਼ਿਆਦਾ ਫੈਲ ਗਈ ਸੀ। ਮੱਖੀ ਮੱਛਰ ਜਿਹੜਾ ਬਹੁਤ ਜ਼ਿਆਦਾ ਹੋ ਗਿਆ ਸੀ ਜਿਸ ਦੇ ਹੁਣ ਬਚਾਅ ਵਾਸਤੇ ਜਿਹੜਾ ਉਹ ਇੱਥੇ ਲਗਾਤਾਰ ਨੌਜਵਾਨਾਂ ਵੱਲੋਂ ਸਪਰੇਅ ਕੀਤੀ ਜਾ ਰਹੀ ਹੈ। ਗੱਲਬਾਤ ਵੀ ਕਰਾਂਗੇ ਜਿਹੜੇ ਨੌਜਵਾਨ ਨੇ ਉਹਨਾਂ ਦੇ ਨਾਲ ਕਿ ਆਖਿਰ ਕਿਸ ਚੀਜ਼ ਨੂੰ ਲੈ ਕੇ ਜਿਹੜਾ ਉਪਰਾਲਾ ਕੀਤਾ ਜਾ ਰਿਹਾ। ਹਾਂਜੀ ਭਾਅ ਜੀ ਕੀ ਨਾਂ ਹੈ ਜੀ? ਰਣਜੀਤ ਸਿੰਘ ਹੈ ਜੀ ਮੇਰਾ ਨਾਮ। ਤੇ ਸਿੰਘ ਜੀ ਕੀ ਉਪਰਾਲਾ ਕੀਤਾ ਜਾ ਰਿਹਾ? ਹੁਣ ਰੇਹੜੀਆਂ ਸੀ ਲੱਗੀਆਂ, ਪਹਿਲਾਂ ਰੁੱਖ ਲਗਾਏ ਗਏ ਤੇ ਹੁਣ ਸਪਰੇਅ ਕੀਤੀ ਜਾ ਰਹੀ ਹੈ। ਇਹ ਜੀ ਵੀਰ ਜੀ ਇੱਕ ਫਰਨੈਲ ਤਾਂ ਇੱਕ ਕੈਮੀਕਲ ਆ ਜੀ, ਤਾਂ ਉਹਦੀ ਸਪਰੇਅ ਹੋ ਰਹੀ ਹੈ ਜਿਹੜੀ ਮਤਲਬ ਵੀ ਸਮੈਲ ਆ ਰਹੀ ਹੈ, ਇੰਨੀ ਗੰਦਗੀ ਤੁਹਾਨੂੰ ਪਤਾ ਬਿਮਾਰੀ ਇੰਨੀ ਫੈਲ ਰਹੀ ਆ ਜੀ। ਅਸੀਂ ਤਾਂ ਆਪਣੇ ਵੱਲੋਂ ਬਹੁਤ ਵੱਧ ਤੋਂ ਵੱਧ ਕਰ ਰਹੇ ਹਾਂ ਵੀ ਜਿਹੜਾ ਵੀ ਜੋ ਵੀ ਆ ਜਿੰਨੀ ਸਮੈਲ ਆ ਰਹੀ ਹੈ ਇਹ ਉੱਡ ਜੇ ਇੱਕ ਵਾਰੀ, ਅਤੇ ਦੁਕਾਨਦਾਰਾਂ ਦੇ ਸੰਯੋਗ ਨਾਲ ਵੀਰ ਜਿੰਨੇ ਆ ਉਹਨਾਂ ਦੇ ਸੰਯੋਗ ਨਾਲ ਆਪਾਂ ਇਹ ਸੇਵਾ ਨਿਭਾ ਰਹੇ ਹਾਂ ਜੀ। ਅੱਗੇ ਵੀ ਨਿਭਾਉਂਦੇ ਰਹਾਂਗੇ ਜੀ, ਜਿੱਦਾਂ ਵੀ ਆਪਾਂ ਨੂੰ ਸੇਵਾ ਕੋਈ ਮੌਕਾ ਦਊਗਾ ਆਪਾਂ ਅੱਗੇ ਨਿਭਾਉਂਦੇ ਰਹਾਂਗੇ ਜੀ। ਇੱਦਾਂ ਹੀ ਜਿਵੇਂ ਇੱਥੇ ਰੇਹੜੀਆਂ ਲੱਗਦੀਆਂ ਸੀ ਕਾਫੀ ਗੰਦਗੀ ਜਿਹੜੀ ਰੇਹੜੀਆਂ ਦੇ ਉੱਪਰ ਪਰੋਸੀ ਜਾਂਦੀ ਸੀ, ਜਿਹੜੇ ਫਰੂਟ ਸੀ ਘਟੀਆ ਫਰੂਟ ਵਰਤੇ ਜਾਂਦੇ ਸੀ, ਮਾਂਡੇ ਮੀਟ ਦੀਆਂ ਰੇਹੜੀਆਂ ਲੱਗਦੀਆਂ ਸੀ, ਸ਼ਾਮ ਨੂੰ ਜਿਹੜਾ ਫਿਰ ਸ਼ਰਾਬ ਵੀ ਗੱਡੀਆਂ ਦੇ ਵਿੱਚ ਪਰੋਸੀ ਜਾਂਦੀ ਸੀ, ਜਿਸ ਕਾਰਨ ਵਿਦਿਆਰਥਣਾਂ ਜਦ ਆਉਂਦੀਆਂ ਸੀ ਸ਼ਾਮ ਨੂੰ ਖਰੀਦਦਾਰੀ ਕਰਨ ਵਾਸਤੇ ਖਾਸੀ ਦਿੱਕਤ ਆਉਂਦੀ ਸੀ। ਹੁਣ ਮਾਹੌਲ ਕਿਵੇਂ ਦਾ? ਮਾਹੌਲ ਬਹੁਤ ਸ਼ਾਂਤੀ ਵਾਲਾ ਜੀ, ਬਹੁਤ ਵਧੀਆ ਪਾਰਕਿੰਗ ਲੱਗ ਰਹੀ ਆ ਜੀ। ਅੱਜ ਕੱਲ੍ਹ ਮਾਰਕੀਟ ਨਾ ਇਹ ਜ਼ੀਰੋ ਲੈਵਲ 'ਤੇ ਚੱਲ ਗਈ ਸੀ ਆਪਣੀ ਜੀ, ਇਹ ਨਾ ਇੱਕ ਜੂਟੀ ਮਾਰਕੀਟ ਤੋਂ ਇਹਨੂੰ ਰੇਹੜੀ ਮਾਰਕੀਟ ਨਾਮ ਦਿੱਤਾ ਗਿਆ ਸੀ ਜੀ, ਅਤੇ ਹੁਣ ਸਾਰਾ ਕੁਝ ਆਪਾਂ ਜੀ ਵੇਖੋ ਇਹਨੂੰ ਸਾਫ਼ ਸਫਾਈ ਆਪਾਂ ਕਰਤੀ ਆ ਜੀ, ਇਹਨੂੰ ਜ਼ੀਰੋ ਲੈਵਲ ਤੋਂ ਆਪਣਾ ਕੋਸ਼ਿਸ਼ ਇਹੀ ਹੈ ਵੀਰਾਂ ਭਰਾਵਾਂ ਦੇ ਸੰਯੋਗ ਨਾਲ ਵੀ ਆਪਾਂ ਤਾਂ ਖੜਨੇ ਆ ਮਾਰਕੀਟ ਇਹ ਵੀ ਜਿਹੜਾ ਵੀ ਮਾਰਕੀਟ ਦਾ ਇੱਕ ਮਿਸਾਲ ਪੈਦਾ ਕਰਨੀ ਆ ਵੀ ਆਪਾਂ ਵਧੀਆ ਮੁੰਡਿਆਂ ਨੇ ਜਿੰਨੇ ਵੀ ਸੇਵਾਦਾਰ ਆ ਆਪਣੇ ਉਹਨਾਂ ਨੇ ਵਧੀਆ ਸੇਵਾ ਨਿਭਾਈ ਅਤੇ ਵਧੀਆ ਮਾਰਕੀਟ ਆਪਾਂ ਅੱਜ ਤੋਂ ਹੋਰ 10-15 ਦਿਨਾਂ ਨੂੰ ਆਪਾਂ ਅੱਗੇ ਜਿਉਂ ਜਿਉਂ ਸਮਾਂ ਪਈ ਜਾਓ ਉਹ ਆਪਾਂ ਵਧੀਆ ਕੰਮ ਕਰਾਂਗੇ ਜੀ ਇੱਥੇ। ਹੁਣ ਮਾਰਕੀਟ ਦਾ ਕੰਮ ਕਰ ਕਿਵੇਂ? ਰੈਸਟੋਰੈਂਟਾਂ ਦਾ ਕੰਮ ਕਰ ਠੱਪ ਹੋ ਗਿਆ ਸੀ, ਹੁਣ ਕਿੱਦਾਂ? ਬਹੁਤ ਵਧੀਆ ਜੀ, 50% ਅੱਗੇ ਬਹੁਤਾ ਹੀ 5% ਆ ਗਿਆ ਸੀ, ਹੁਣ 50 ਤੋਂ ਪਲੱਸ ਹੋ ਗਿਆ ਜੀ। ਹੌਲੀ ਹੌਲੀ ਤੁਹਾਨੂੰ ਪਤਾ ਯੂਨੀਵਰਸਿਟੀ ਜਿੱਦਣ ਖੁੱਲ੍ਹ ਗਿਆ ਜਾਂ ਕਾਲਜ ਖੁੱਲ੍ਹ ਗਿਆ ਉਹ ਅੱਪ ਜਾਊਗਾ ਜੀ। ਆਸ ਹੈ ਜੀ ਬਹੁਤ ਵਧੀਆ ਰਹੂਗਾ ਕੰਮ ਅੱਗੇ ਵੀ, ਵੀਰਾਂ ਭਰਾਵਾਂ ਦੇ ਸੰਯੋਗ ਨਾਲ ਹੈ ਜੀ, ਜਿੰਨੇ ਵੀ ਵੀਰ ਭਰਾ ਨਾਲ ਚੱਲ ਰਹੇ ਆ ਬਹੁਤ ਧੰਨਵਾਦ ਇਹਨਾਂ ਦਾ ਜੀ। ਬਿਲਕੁਲ ਜੀ, ਤੁਸੀਂ ਸੁਣਿਆ ਕਿ ਕਿਸ ਤਰ੍ਹਾਂ ਦੇ ਨਾਲ ਹੁਣ ਜਿਹੜਾ ਵੱਡਾ ਉਪਰਾਲਾ ਜਿਹੜਾ ਉਹ ਕੀਤਾ ਗਿਆ। ਪਹਿਲਾਂ ਰੁੱਖ ਲਗਾਏ ਗਏ, ਰੁੱਖਾਂ ਦੀਆਂ ਤਸਵੀਰਾਂ ਤੁਸੀਂ ਆਪਣੀ ਸਕਰੀਨ 'ਤੇ ਦੇਖ ਰਹੇ ਹੋ, ਪਹਿਲਾਂ ਇਹਨਾਂ ਰੇਹੜੀਆਂ ਜਗ੍ਹਾ ਤੋਂ ਰੁੱਖ ਲਗਾਏ ਗਏ ਤਾਂ ਬਾਅਦ ਦੇ ਵਿੱਚ ਜਿਹੜੀ ਹੁਣ ਸਪਰੇਅ ਜਿਹੜੀ ਆ ਉਹ ਕੀਤੀ ਜਾ ਰਹੀ। ਕੁੱਲ ਮਿਲਾ ਕੇ ਵੇਖਿਆ ਜਾਵੇ ਤਾਂ ਵੱਡਾ ਉਪਰਾਲਾ ਹੈ ਨੌਜਵਾਨਾਂ ਵੱਲੋਂ, ਕਿਉਂਕਿ ਜਿੱਥੇ ਇੱਥੇ ਰੇਹੜੀਆਂ ਲੱਗਣ ਕਾਰਨ ਜਿਹੜੀਆਂ ਵਿਦਿਆਰਥੀ ਯੂਨੀਵਰਸਿਟੀ ਦੇ ਆਇਆ ਕਰਦੇ ਸਨ ਉਹਨਾਂ ਨੂੰ ਦਿੱਕਤ ਆਉਂਦੀ ਸੀ, ਫਿਰ ਸ਼ਰਾਬ ਜਦੋਂ ਇੱਥੇ ਪਰੋਸੀ ਜਾਂਦੀ ਸੀ ਫਿਰ ਲੜਾਈਆਂ ਵੀ ਜਿਹੜੀਆਂ ਹੁੰਦੀਆਂ ਸੀ, ਗੋਲੀ ਵੀ 2-3 ਵਾਰ ਚੱਲਣ ਦੀਆਂ ਖਬਰਾਂ ਜਿਹੜੀਆਂ ਚੱਲੀਆਂ ਸੀ, ਉਸ ਤੋਂ ਥੋੜ੍ਹੀ ਜਿਹੀ ਹੈ ਨਿਜਾਤ ਜ਼ਰੂਰ ਮਿਲੀ ਹੈ। ਇਸ ਤੋਂ ਇਲਾਵਾ ਜਿਹੜੇ ਦੁਕਾਨਾਂ ਦੇ ਕਾਰੋਬਾਰ ਠੱਪ ਹੋ ਚੁੱਕੇ ਸੀ ਉਹਨਾਂ ਕਾਰੋਬਾਰਾਂ ਨੂੰ ਵੀ ਇੱਕ ਵਾਰੀ ਫਿਰ ਹੁਲਾਰਾ ਮਿਲਿਆ। ਅਸੀਂ ਇਹ ਨਹੀਂ ਕਹਿੰਦੇ ਕਿ ਰੇਹੜੀਆਂ ਨੂੰ ਚੁੱਕਣਾ ਜਿਹੜਾ ਉਹ ਜਾਇਜ਼ ਜਾਂ ਇਹਨਾਂ ਦੇ ਕਾਰੋਬਾਰ ਖਤਮ ਕਰ ਦੇਣੇ ਚਾਹੀਦੇ ਨੇ, ਪਰ ਰੇਹੜੀਆਂ ਵਾਸਤੇ ਇੱਕ ਵੱਖਰੀ ਮਾਰਕੀਟ ਜਿਵੇਂ ਰਣਜੀਤ ਐਵਨਿਊ ਜਾਂ ਹੋਰ ਇਲਾਕਿਆਂ ਵਿੱਚ ਬਣਾਈ ਗਈ ਹੈ, ਇਸੇ ਤਰ੍ਹਾਂ ਹੀ ਇਸ ਇਲਾਕੇ ਵਿੱਚ ਵੀ ਇੱਕ ਵੱਖਰੀ ਰੇਹੜੀ ਮਾਰਕੀਟ ਬਣਾਈ ਜਾਵੇ ਤਾਂ ਜੋ ਦੁਕਾਨਦਾਰਾਂ ਨੂੰ ਕੋਈ ਦਿੱਕਤ ਨਾ ਆਵੇ ਅਤੇ ਨਾ ਹੀ ਰੇਹੜੀ ਵਾਲਿਆਂ ਨੂੰ ਕੋਈ ਦਿੱਕਤ ਆਵੇ। ਸਰਵਨ ਸਿੰਘ ਰਧਾਵਾ, ਸਪੋਕਸਮੈਨ ਟੀਮ ਲਈ, ਕੈਮਰਾਮੈਨ ਸਾਥੀ ਸਰਤਾਜ ਦੇ ਨਾਲ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ।